ਸਤਿ ਸ਼੍ਰੀ ਅਕਾਲ ਤੁਸੀਂ ਬਣੇ ਹੋਏ ਹੋ ਤਾਂ ਟੀਵੀ ਐਨਆਰਆਈ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਮੁਕਤਾ ਈਵਨਿੰਗ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਕੁਝ ਖਾਸ ਖਬਰਾਂ ਦੇ ਨਾਲ ਪਹਿਲੇ ਨਜ਼ਰ ਮਾਰ ਲੈਂਦੇ ਹਾਂ ਇਹਨਾਂ ਸੁਰਖੀਆਂ ਤੇ ਸੰਗਤਾਂ ਲਗਾ ਰਹੀਆਂ ਸੀ ਨਾਰੇ ਤੇ ਚੋਰ ਲੋਕਾਂ ਦੀਆਂ ਜੇਬਾਂ ਤੇ ਕਰ ਰਿਹਾ ਸੀ ਹੱਥ ਸਾਫ ਦੇਸ਼ ਦੇ ਤਿਰੰਗੇ ਦੀ ਬੇਦਵੀ ਕਰਨ ਵਾਲਾ ਚੜਿਆ ਪੁਲਿਸ ਦੇ ਹੱਥੇ ਚੋਰਾਂ ਨੇ ਪੰਜ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ ਸਮਾਨ ਸਮੇਤ ਲੱਖਾਂ ਦੀ ਚੋਰੀ ਨੂੰ ਦਿੱਤਾ ਅੰਜਾਮ ਪੰਜਾਬ ਰੋਡਵੇਜ਼ ਪਨਵਸ ਕੰਟਰੈਕਟਰ ਵਰਕਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੈਬਨਿਟ ਮੰਤਰੀਆਂ ਦੇ ਘਰਾਂ ਦਾ ਕੀਤਾ ਜਾ ਰਿਹਾ ਘੇਰਾਵ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਦਰਬਾਰ ਸਾਹਿਬ 'ਚ ਹੋਇਆ ਸਮਾਗਮ ਹੁਣ ਨਜ਼ਰ ਮਾਰ ਲੈਂਦੇ ਹਾਂ ਕੁਝ ਵਿਸਤਾਰ ਦੇ ਨਾਲ ਇਹਨਾਂ ਖਬਰਾਂ 'ਤੇ ਅੰਮ੍ਰਿਤਸਰ ਦੇ ਵਿੱਚ ਸਮਾਗਮ ਦੌਰਾਨ ਜਿੱਥੇ ਸੰਗਤਾਂ ਨਾਅਰੇਬਾਜ਼ੀ ਕਰ ਰਹੀਆਂ ਸੀ ਉੱਥੇ ਹੀ ਭੀੜ ਦਾ ਫਾਇਦਾ ਚੱਕਦੇ ਹੋਏ ਇੱਕ ਚੋਰ ਉਹਨਾਂ ਵਿੱਚ ਸ਼ਾਮਲ ਹੋ ਗਿਆ ਅਤੇ ਲੋਕਾਂ ਦੀਆਂ ਜੇਬਾਂ 'ਤੇ ਹੱਥ ਸਾਫ਼ ਕਰਨ ਲੱਗ ਗਿਆ ਜਦੋਂ ਲੋਕਾਂ ਨੂੰ ਸੰਗਤਾਂ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਸੰਗਤਾਂ ਨੇ ਉਸ ਚੋਰ ਨੂੰ ਫੜ ਕੇ ਸ਼੍ਰੋਮਣੀ ਕਮੇਟੀ ਦੇ ਹਵਾਲੇ ਕਰ ਦਿੱਤਾ ਜੂਨ 1984 ਵਿੱਚ ਵਾਪਰੇ ਆਪਰੇਸ਼ਨ ਬਲੂ ਸਟਾਰ ਦੀ 37ਵੀਂ ਬਰੇ ਗੰਢ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮਨਾਈ ਜਾ ਰਹੀ ਹੈ ਇਸ ਮੌਕੇ ਬਹੁਤ ਭਾਰੀ ਗਿਣਤੀ ਵਿੱਚ ਸੰਗਤਾਂ ਉੱਥੇ ਮੌਜੂਦ ਹਨ ਦੱਸ ਦਈਏ ਕਿ ਇਸੇ ਦੌਰਾਨ ਭੀੜ ਦਾ ਫਾਇਦਾ ਚੱਕਦੇ ਹੋਏ ਇੱਕ ਚੋਰ ਉੱਥੇ ਦਾਖਲ ਹੋ ਗਿਆ ਜਿਸ ਨੂੰ ਉੱਥੇ ਮੌਜੂਦ ਸੰਗਤਾਂ ਨੇ ਕਾਬੂ ਕਰ ਲਿਆ ਤੇ ਇਸ ਤੋਂ ਬਾਅਦ ਚੋਰ ਨੂੰ ਸ਼੍ਰੋਮਣੀ ਕਮੇਟੀ ਦੇ ਹਵਾਲੇ ਕਰ ਦਿੱਤਾ ਇਸ ਪੂਰੇ ਮਾਮਲੇ ਤੋਂ ਬਾਅਦ ਚੋਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੁਸੀਂ ਵੀ ਦੇਖੋ ਇਹ ਲਾਈਵ ਤਸਵੀਰਾਂ ਕਿ ਕਿਸ ਤਰ੍ਹਾਂ ਚੋਰ ਨੂੰ ਉੱਥੇ ਮੌਜੂਦ ਸੰਗਤਾਂ ਵੱਲੋਂ ਫੜ ਲਿਆ ਗਿਆ ਤੇ ਉਹਨੂੰ ਸ਼੍ਰੋਮਣੀ ਕਮੇਟੀ ਦੇ ਹਵਾਲੇ ਕਰ ਦਿੱਤਾ ਹੈ ਜ਼ਿਕਰਯੋਗ ਹੈ ਕਿ ਜੂਨ 1984 ਵਿੱਚ ਵਾਪਰੇ ਆਪਰੇਸ਼ਨ ਬਲੂ ਸਟਾਰ ਦੀ 37ਵੀਂ ਵਰੇਗੰਢ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮਨਾਈ ਜਾ ਰਹੀ ਸੀ ਤੇ ਇਸੇ ਦੌਰਾਨ ਭਾਰੀ ਗਿਣਤੀ ਵਿੱਚ ਸੰਗਤਾਂ ਉੱਥੇ ਮੌਜੂਦ ਸਨ ਤੇ ਇਸੇ ਦਾ ਫਾਇਦਾ ਚੱਕਦੇ ਹੋਏ ਇੱਕ ਚੋਰ ਉੱਥੇ ਦਾਖਲ ਹੋ ਗਿਆ ਚੋਰ ਨੇ ਲੋਕਾਂ ਦੀਆਂ ਜੇਬਾਂ ਤੇ ਹੱਥ ਸਾਫ਼ ਕਰ ਦਿੱਤਾ ਜਿਸ ਤੋਂ ਬਾਅਦ ਉੱਥੇ ਮੌਜੂਦ ਸੰਗਤਾਂ ਵੱਲੋਂ ਚੋਰ ਨੂੰ ਪਕੜ ਕੇ ਸ਼੍ਰੋਮਣੀ ਕਮੇਟੀ ਦੇ ਹਵਾਲੇ ਕਰ ਦਿੱਤਾ ਗਿਆ ਬਿਊਰੋ ਰਿਪੋਰਟ ਟੀਵੀ ਐਨਆਰਆਈ ਖੰਨਾ ਦੇ ਪਿੰਡ ਕਲੋਹ ਦਾ ਰਹਿਣ ਵਾਲਾ ਇੱਕ ਵਿਅਕਤੀ ਪੁਲਿਸ ਦੇ ਹੱਥੇ ਚੜ ਗਿਆ ਦੱਸ ਦਈਏ ਕਿ ਉਹ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਦੇਸ਼ ਤੇ ਤਿਰੰਗੇ ਦੀ ਬੇਦਵੀ ਕਰ ਰਿਹਾ ਸੀ ਜਿਸ ਨੂੰ ਥਾਣਾ ਸਦਰ ਦੀ ਪੁਲਿਸ ਨੇ ਗ੍ਰਿਫਤਾਰ ਕਰਕੇ ਉਹਨੂੰ ਰਿਮਾਂਡ ਤੇ ਲੈ ਲਿਆ ਇੱਕ ਨੌਜਵਾਨ ਵੱਲੋਂ ਭਾਰਤ ਦੇਸ਼ ਦੇ ਝੰਡੇ ਦਾ ਅਪਮਾਨ ਕਰਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਇੱਕ ਵਿਅਕਤੀ ਆਪਣੀ ਪਹਿਚਾਣ ਵੀ ਦੱਸ ਰਿਹਾ ਹੈ ਤੇ ਉਹ ਖੁਦ ਨੂੰ ਖੰਨਾ ਦੇ ਨਜ਼ਦੀਕੀ ਇੱਕ ਪਿੰਡ ਇਕੋਲਾ ਦਾ ਰਹਿਣ ਵਾਲਾ ਦੱਸ ਰਿਹਾ ਹੈ ਉੱਥੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੇਸ਼ ਦੇ ਝੰਡੇ ਦਾ ਅਪਮਾਨ ਕਰਨ ਦੇ ਜ਼ੁਰਮ ਵਿੱਚ ਖੰਨਾ ਸਦਰ ਥਾਣਾ ਪੁਲਿਸ ਨੇ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਉਸ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਜਿਸ ਦੌਰਾਨ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਦੇਖੋ ਇਹ ਤਾਂ ਸਾਨੂੰ ਮੁਕੂਰੀ ਦਿੱਤੀ ਕਿਸੇ ਨੇ ਵੀ ਇੱਕ ਵੀਡੀਓ ਜਿਹੜੀ ਵਾਇਰਲ ਹੋ ਰਹੀ ਆ ਅਤੇ ਕਲਾਏ ਦਾ ਜਿਹੜਾ ਉਹਦੀ ਸ਼ਨਾਖਤ ਕੀਤੀ ਉਹ ਕਲਾਏ ਦਾ ਸੰਦੀਪ ਸਿੰਘ ਸੀ ਜਿਹਨੇ ਰਾਸ਼ਟਰੀ ਝੰਡੇ ਦੇ ਅਪਮਾਨ ਕੀਤਾ ਪਾੜ ਦਿੱਤਾ ਜਿਹਦੇ ਸੰਬੰਧ ਵਿੱਚ ਮੁਕੱਦਮਾ ਨੰਬਰ 92 ਜਿਹਾ ਦਰਜ ਰਜਿਸਟਰ ਕੀਤਾ ਗਿਆ ਇਹਨੂੰ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ ਰਿਮਾਂਡ ਪੇਸ਼ ਕਰਨ ਗਏ ਆ ਪਤਾ ਲੱਗੂ ਰਿਮਾਂਡ ਮਿਲੂਗਾ ਬਾਕੀ ਪੁੱਛ ਪਿੱਛ ਜਿਹੜੀ ਜਾ ਰਹੀ ਹੈ ਉਹ 221 221 ਏ ਅਤੇ 224 ਏ ਅਤੇ 66 ITA ਦੇਖੋ ਮੈਸੇਜ ਇਹ ਆ ਵੀ ਜਿਹੜਾ ਗਲਤ ਕੰਮ ਨਹੀਂ ਕਰਨਾ ਚਾਹੀਦਾ ਇਹਦੀ ਸਜ਼ਾ ਇਹਨੇ ਭੁਗਤਣੀ ਮੁਕੱਦਮਾ ਦਰਜ ਹੋ ਗਿਆ ਖੰਨਾ ਤੋਂ ਵਿਪਨ ਭਾਰਦਵਾਜ ਦੀ ਰਿਪੋਰਟ ਦਾ ਟੀਵੀ ਐਨਆਰਆਈ ਹੁਣ ਰੁਕ ਕਰਦੇ ਹਾਂ ਅਗਲੀ ਖਬਰ ਵੱਲ ਬਠਿੰਡਾ ਦੀ ਗ੍ਰੀਨ ਸਿਟੀ ਰੋਡ ਤੇ ਸਥਿਤ ਪੰਜ ਦੁਕਾਨਾਂ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਦੱਸ ਦਈਏ ਕਿ ਚੋਰਾਂ ਨੇ ਇਹਨਾਂ ਪੰਜਾਂ ਦੁਕਾਨਾਂ ਦੇ ਵਿੱਚ ਚੋਰੀ ਕੀਤੀ ਤੇ ਸਮਾਨ ਦੇ ਨਾਲ ਨਾਲ ਲੱਖਾਂ ਦੀ ਨਕਦੀ ਲੈ ਕੇ ਫਰਾਰ ਹੋ ਗਏ ਇਹ ਸਾਰੀ ਘਟਨਾ ਉੱਥੇ ਹੀ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਆਰੋਪੀਆਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੰਜਾਬ ਵਿੱਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਤੇ ਆਏ ਦਿਨ ਹੀ ਚੋਰੀ ਦੇ ਮਾਮਲੇ ਸਾਹਮਣੇ ਆ ਰਹੇ ਨੇ ਅਜਿਹਾ ਹੀ ਇੱਕ ਮਾਮਲਾ ਬਠਿੰਡਾ ਦੇ ਗ੍ਰੀਨ ਸਿਟੀ ਰੋਡ ਤੋਂ ਸਾਹਮਣੇ ਆਇਆ ਹੈ ਜਿੱਥੇ ਚੋਰਾਂ ਵੱਲੋਂ ਪੰਜ ਦੁਕਾਨਾਂ ਨੂੰ ਨਿਸ਼ਾਨਾ ਬਣਾ ਲਿਆ ਗਿਆ ਇਸ ਮੌਕੇ ਤੇ ਚੋਰਾਂ ਵੱਲੋਂ ਪੈਸਿਆਂ ਸਮੇਤ ਸਮਾਨ ਦੀ ਚੋਰੀ ਕੀਤੀ ਗਈ ਤੇ ਸਾਰੀ ਚੋਰੀ ਦੀ ਵਾਰਦਾਤ ਕੋਲ ਹੀ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਮੌਕੇ ਤੇ ਪਹੁੰਚੀ ਪੁਲਿਸ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ
ਅਤੇ ਸਾਡੇ ਇੱਥੇ ਮਤਲਬ ਕਿ ਚੋਰਾਂ ਬਹੁਤ ਹੌਸਲੇ ਬੁਲੰਦ ਹੋਏ ਹੋਏ ਆ ਸਾਡੇ 6 ਮਹੀਨੇ ਹੋਏ ਦੁਕਾਨ ਕੀਤੀ ਉਹਨੂੰ ਸਾਡੇ 2 ਵਾਰੀ ਚੋਰੀ ਹੋ ਚੁੱਕੀ ਹੈ ਇੱਥੇ ਹੋਰ ਵੀ ਕਿਤੇ 4-5 ਦੁਕਾਨਾਂ ਇੱਥੇ ਕੋਲੇ ਹੈਗੀਆਂ ਨਾਲੋਂ ਇਹ ਪਿੱਛੇ ਮੋਬਾਈਲ ਵਾਲੀ ਦੁਕਾਨ ਹੈਗੀ ਹੈ ਇੱਕ ਅੱਗੇ ਕਰਿਆਨਾ ਸਟੋਰ ਹੈਗੀ ਹੈ ਸ਼ਰਮਾ ਅਤੇ ਇੱਕ ਠੇਕਾ ਹੈਗਾ ਸਭ ਦੇ ਮਤਲਬ ਕਿ ਚੋਰੀ ਬਹੁਤ ਜ਼ਿਆਦਾ ਹੋ ਰਹੀਆਂ ਇਹ ਸਾਡੇ ਕੋਈ ਨਾ ਕੋਈ ਇੱਥੇ ਸਿਕਿਉਰਿਟੀ ਕੀਤੀ ਜਾਵੇ ਜਿਹਨਾਂ ਕਿ ਕੱਲ੍ਹ ਨੂੰ ਆਉਣ ਵਾਲਾ ਟਾਈਮ ਥੋੜ੍ਹਾ ਠੀਕ ਠਾਕ ਹੋਵੇ ਗ੍ਰੀਨ ਸਿਟੀ ਰੋਡ ਆ ਸਾਡਾ ਇੱਥੇ ਸ਼ਰਮਾ ਕਰਿਆਨਾ ਸਟੋਰ ਹੈ ਜੀ ਅਤੇ ਰਾਤ 2:30 ਵਜੇ ਫੋਨ ਗਿਆ ਸਾਨੂੰ ਵੀ ਆਪਣਾ ਚੋਰੀ ਹੋਈ ਹੈਗੀ ਆ ਅਤੇ ਅਸੀਂ ਆ ਕੇ ਦੇਖਿਆ ਅਤੇ 5-6 ਦੁਕਾਨਾਂ ਇੱਧਰ ਵੀ ਹੈਗੀਆਂ ਠੇਕਾ ਨਾਲ ਅਤੇ ਇਹਨਾਂ ਨੂੰ ਫੋਨ ਕੀਤਾ ਆ ਕੇ ਦੇਖਿਆ ਸਾਰਿਆਂ ਦੀ ਚੋਰੀ ਹੋਈ ਵੀ ਹੈ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਸਾਡਾ ਅਜੇ ਦੇਖਣਾ ਜੀ ਆਏ ਹੈਗੇ ਪੁਲਿਸ ਵਾਲੇ ਦੇਖਦੇ ਜਾ ਕੇ ਹਮਲਾ ਹੋਇਆ ਇੱਥੇ ਕਿਹੜੀ ਰੋਡ ਹੈ ਇਹ ਬਲੀਜਿੰਗ ਸਟਾਰ ਦੇ ਸਾਹਮਣੇ 4-5 ਦੁਕਾਨਾਂ ਦੇ ਤਾਲੇ ਟੁੱਟੇ ਹੈ ਅਤੇ ਉਹਦੀ ਜਾਂਚ ਚੱਲ ਰਹੀ ਹੈ ਫਿੰਗਰ ਪ੍ਰਿੰਟਸ ਬੁਲਾਇਆ ਹੋਇਆ ਫਿਰ ਵੇਖਦੇ ਹਾਂ ਕੀ ਕੁਛ ਹੋਇਆ ਕਿੰਨਾ ਕੁ ਨੁਕਸਾਨ ਹੋਇਆ ਲੱਗਦਾ ਨੁਕਸਾਨ ਅਜੇ ਦੁਕਾਨ ਇੱਕ ਚੈੱਕ ਕੀਤੀ ਹੈ ਜੀ ਇਹ 4-5 ਹਜ਼ਾਰ ਰੁਪਇਆ 6 ਦੱਸਦੇ ਇਹ ਕੁਛ ਸਿਕਟਾਂ ਸੁਕਟਾਂ ਦੱਸਦੇ ਜੀ ਬਾਕੀ 2 ਮੋਬਾਈਲ ਵਾਲੀਆਂ ਦੁਕਾਨਾਂ ਉਹ ਚੈੱਕ ਕਰ ਰਹੇ ਹਾਂ ਜੀ ਬਠਿੰਡਾ ਤੋਂ ਰਾਕੇਸ਼ ਸ਼ਰਮਾ ਦੀ ਰਿਪੋਰਟ ਤੇ TVN ਰਾਏ ਪੰਜਾਬ ਰੋਡਵੇਜ਼ ਪਨਵਸ ਕੰਟਰੈਕਟਰ ਵਰਕਰ ਯੂਨੀਅਨ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀਆਂ ਦੇ ਕੋਠੀਆਂ ਦਾ ਘਿਰਾਵ ਕੀਤਾ ਜਾ ਰਿਹਾ ਜੀ ਤੁਹਾਨੂੰ ਦੱਸ ਦਈਏ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਪਨਬਸ ਯੂਨੀਅਨ ਵੱਲੋਂ ਇਹ ਕਦਮ ਚੱਕਿਆ ਜਾ ਰਿਹਾ ਹੈ ਜਿਸ ਦੇ ਤਹਿਤ ਗੁਰਦਾਸਪੁਰ ਦੇ ਪਿੰਡ ਧਾਰੀਵਾਲ ਵਿਖੇ ਸੁਖਜਿੰਦਰ ਸਿੰਘ ਰੰਧਾਵਾ ਦੀ ਕੋਠੀ ਦਾ ਘਿਰਾਵ ਕੀਤਾ ਗਿਆ ਹੈ ਉੱਥੇ ਹੀ ਗੁਰਦਾਸਪੁਰ ਦੇ ਕਸਬਾ ਕਾਦੀਆਂ ਦੇ ਵਿੱਚ ਵੀ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਕੋਠੀ ਦਾ ਵੀ ਘਿਰਾਵ ਕੀਤਾ ਗਿਆ ਹੈ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਹੈ ਤੁਸੀਂ ਵੀ ਦੇਖੋ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ ਮੈਂ ਜੀ ਪਰਮਜੀਤ ਸਿੰਘ ਪ੍ਰਧਾਨ ਬਟਾਲਾ ਡਿਪੂ ਤੋਂ ਮੈਂ ਆਪ ਜੀ ਦੇ ਚੈਨਲ ਰਾਹੀਂ ਇਹ ਦੱਸਣਾ ਚਾਹੁੰਦਾ ਵਾਂ ਪੰਜਾਬ ਸਰਕਾਰ ਨੂੰ ਔਰ ਪਬਲਿਕ ਨੂੰ ਵੀ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਅਸੀਂ ਇਹ ਮੰਗ ਕਰਦੇ ਹਾਂ ਵੀ ਸਾਡੇ ਜਿਹੜੇ ਕੱਚੇ ਕੰਮ ਹੈ ਉਹਨਾਂ ਨੂੰ ਪੱਕਿਆਂ ਕੀਤਾ ਜਾਵੇ ਔਰ ਜਿਹੜੀ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਵਾ ਬਰਾਬਰ ਕੰਮ ਬਰਾਬਰ ਤਨਖਾਹ ਉਹ ਸਾਨੂੰ ਭੇਜ ਦਿੱਤੀ ਜਾਵੇ ਔਰ ਜੇਕਰ ਸਰਕਾਰ ਨੇ ਅੱਜ ਅਸੀਂ ਮੰਗ ਇਹੋ ਹੀ ਦੱਸਣ ਆਏ ਹਾਂ ਬਾਜਵਾ ਸਾਹਿਬ ਨੂੰ ਇਹ ਕਮੇਟੀ ਦੇ ਮੈਂਬਰ ਨੇ ਵੀ ਸਾਡੀਆਂ ਜਿਹੜੀਆਂ ਮੰਗਾਂ ਪ੍ਰਵਾਨ ਕਰੋ ਜੇਕਰ ਸਾਡੀਆਂ ਇਹ ਮੰਗਾਂ ਪ੍ਰਵਾਨ ਅੱਜ ਨਹੀਂ ਕਰਦੇ ਤਾਂ ਕੱਲ੍ਹ ਨੂੰ ਅਸੀਂ ਮਲੇਰਕੋਟਲਾ ਵਿਖੇ ਟਰਾਂਸਪੋਰਟ ਮੰਤਰੀ ਦੇ ਹਲਕੇ ਦੇ ਵਿੱਚ ਉਹਨਾਂ ਦਾ ਘਿਰਾਓ ਕਰਾਂਗੇ 18 ਡਿਪੂ ਸਾਡੇ ਰੋਡਵੇਜ਼ ਦੇ ਔਰ ਜਿਹੜੇ 9 ਡਿਪੂ PRTC ਦੇ ਆ ਸਾਂਝੀ ਐਕਸ਼ਨ ਕਮੇਟੀ ਅਸੀਂ ਬਣਾਈ ਹਾਂ ਕੱਲ੍ਹ ਨੂੰ ਅਸੀਂ 100% ਜਿਹੜੇ ਸਾਡੇ ਡਿਪੂਆਂ ਦੇ ਵਿੱਚ ਆ ਘੱਟ ਤੋਂ ਘੱਟ ਵੀ ਅਸੀਂ 100-100 ਜਿਹੜਾ ਵਰਕਰ ਉੱਥੇ ਲੈ ਕੇ ਜਾ ਰਹੇ ਹਾਂ ਔਰ ਪੂਰੇ ਜ਼ੋਰਦਾਰ ਉੱਥੇ ਮੁਜ਼ਾਹਰਾ ਕਰਾਂਗੇ ਉਸ ਤੋਂ ਬਾਅਦ ਜੇ ਸਾਡੀ ਸੁਣਵਾਈ ਫਿਰ ਵੀ ਨਹੀਂ ਹੁੰਦੀ ਤਾਂ ਜੂਨ ਮਹੀਨੇ ਦੀ ਐਸੇ 28-29-30 ਤਰੀਕ ਨੂੰ ਅਸੀਂ ਪੂਰੇ 27 ਡਿਪੂ ਪੰਜਾਬ ਦੇ ਬੰਦ ਕਰਕੇ ਸਟ੍ਰਾਈਕ 'ਤੇ ਜਾ ਰਹੇ ਹਾਂ ਜੇਕਰ ਸਾਡੀਆਂ ਮੰਗਾਂ ਫਿਰ ਵੀ ਨਹੀਂ ਹੁੰਦੀਆਂ ਪ੍ਰਵਾਨ ਤਾਂ ਅਸੀਂ ਅਣਮਿੱਥੇ ਸਮੇਂ ਲਈ ਹੜਤਾਲ ਜਿਹੜੀ ਉਹ ਕਰਾਂਗੇ ਬੱਸਾਂ ਬਿਲਕੁਲ ਬੰਦ ਰਹਿਣਗੀਆਂ ਬਿਲਕੁਲ 3 ਦਿਨ ਦੀ ਸਟ੍ਰਾਈਕ 3 ਦਿਨ ਹੀ ਬੱਸਾਂ ਦਾ ਚੱਕਾ ਜਾਮ ਕਰ ਦਿਆਂਗੇ ਔਰ ਪੂਰੇ ਪੰਜਾਬ ਦੇ ਵਿੱਚ ਧਰਨੇ ਮੁਜ਼ਾਹਰੇ ਔਰ ਰੋਸ ਮੁਜ਼ਾਹਰੇ ਕਰਾਂਗੇ ਜੀਤ ਸਿੰਘ ਗਿੱਲ ਪੰਜਾਬ ਰੋਡ ਕੰਟਰੈਕਟ ਵਰਕਰ ਯੂਨੀਅਨ ਤੋਂ ਔਰ PRTC ਤੋਂ ਔਰ ਸਾਡੀਆਂ ਕੋ ਮੰਗਾਂ ਜੈਨੂਅਲ ਆ ਕੋਈ ਇਹ ਨਹੀਂ ਹੈ ਕਿ ਕਰ ਨਹੀਂ ਸਕਦੇ ਪੂਰੀਆਂ ਇੱਕ ਤਾਂ ਸੁਪਰੀਮ ਕੋਰਟ ਦਾ ਫੈਸਲਾ ਵਾ ਬਰਾਬਰ ਕੰਮ ਬਰਾਬਰ ਤਨਖਾਹ ਔਰ ਇੱਕ 15-15 ਸਾਲ ਤੋਂ ਹੋ ਗਿਆ ਲੋਕਾਂ ਨੂੰ ਕਿਉਂਕਿ ਜਿਹੜਾ ਪੇਪਰ 'ਤੇ ਇਸ਼ਤਿਹਾਰ ਕੱਢਿਆ ਸੀ ਨਾ 2007 'ਚ ਉਹ ਰੈਗੂਲਰ ਭਰਤੀ ਦਾ ਕੱਢਿਆ ਸੀ ਉਸੇ ਤਰ੍ਹਾਂ ਅਸੀਂ ਭਰਤੀ ਹੋਏ ਹਾਂ ਔਰ ਅੱਜ ਤੱਕ ਇਹਨਾਂ ਨੇ 15 ਸਾਲ ਤੱਕ ਸਾਨੂੰ ਇੱਦਾਂ ਹੀ ਰੱਖਿਆ ਵਾ ਹਨੇਰੇ 'ਚ ਹੀ ਅਤੇ ਬਹੁਤ ਨਾ ਮਾਤਰ ਸਾਨੂੰ ਤਨਖਾਹ ਦਿੰਦੇ ਰਹੇ ਆ ਹੁਣ 10-12 ਹਜ਼ਾਰ ਤੱਕ ਸਾਡਾ ਤਨਖਾਹ ਵਾ ਜਿਹੜਾ ਗੁਜ਼ਾਰਾ ਵੀ ਨਹੀਂ ਹੁਣ ਨਾ ਮਾਤਰ ਆ ਇਸ ਕਰਕੇ ਅਸੀਂ ਚਾਹੁੰਦੇ ਹਾਂ ਸਰਕਾਰ ਤੋਂ ਕਿ ਸਾਨੂੰ 15-15 ਸਾਲਾਂ ਤੋਂ ਜਿਹੜੇ ਹੋ ਗਏ ਆ ਸਾਨੂੰ ਰੈਗੂਲਰ ਕਰੋ ਔਰ ਮਹਿਕਮਾ ਚਲਾਓ ਕਿਉਂਕਿ 1-25 ਸਵਾਰੀਆਂ ਕਰਤੀਆਂ ਵਾ ਗੱਡੀਆਂ 'ਚ ਉਹਦੇ ਵਿੱਚ ਸਾਨੂੰ ਬੜੀ ਦਿੱਕਤ ਆ ਰਹੀ ਆ ਦਿੱਕਤ ਇਹ ਆ ਰਹੀ ਆ ਕਿ 25 ਸਵਾਰੀਆਂ ਤਾਂ ਸਾਡੀਆਂ ਕਾਊਂਟਰ 'ਤੇ ਹੋ ਜਾਂਦੀਆਂ ਵਾ ਅਸੀਂ ਸਰਕਾਰ ਦਾ ਇਹ ਜ਼ਰੂਰ ਸਵਾਗਤ ਕੀਤਾ ਵਾ ਕਿ ਇਹ ਬਹੁਤ ਵਧੀਆ ਕੰਮ ਇਹਨਾਂ ਕੀਤਾ ਵਾ ਪਰ ਉਹਦੇ ਲਈ ਗੱਡੀਆਂ ਹੈ ਨਹੀਂ ਆ ਸਾਨੂੰ ਗੱਡੀਆਂ ਚਾਹੀਦੀਆਂ ਵਾ PRTC ਨੂੰ ਔਰ ਪੰਜਾਬ ਰੋਡ ਪਨ ਬੱਸ ਨੂੰ 10 ਹਜ਼ਾਰ ਗੱਡੀ ਚਾਹੀਦੀ ਆ ਉਹ ਗੱਡੀਆਂ ਦੇਣ ਔਰ ਫ੍ਰੀ ਸਵਰ ਸਹੂਲਤ ਜਿਹੜੀ ਅਸੀਂ ਵਧੀਆ ਦੇ ਸਕੀਏ ਲੋਕਾਂ ਨੂੰ ਔਰ ਬਾਕੀ ਤੁਹਾਨੂੰ ਵੀ ਪਤਾ ਵਾ ਖਾਣ ਵਾਲੀਆਂ ਚੀਜ਼ਾਂ ਇੰਨੀਆਂ ਮਹਿੰਗੀਆਂ ਹੋ ਚੁੱਕੀਆਂ ਵਾ 10-12 ਹਜ਼ਾਰ 'ਚ ਗੁਜ਼ਾਰਾ ਨਹੀਂ ਹੁੰਦਾ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਕੇਂਦਰ ਸਰਕਾਰ ਨਾਲ ਮਿਲ ਕੇ ਇਹ ਖਾਣ ਵਾਲੀਆਂ ਚੀਜ਼ਾਂ 'ਤੇ ਵੀ ਨੱਥ ਪਾਏ ਉਹ 'ਚ ਬਿਜਲੀ ਆ ਸਾਡੀ 2.40 ਰੁਪਏ ਉੱਥੋਂ ਥਰਮਲ 'ਚੋਂ ਨਿਕਲਦੀ ਆ ਜੇ ਸਾਡੇ ਥਰਮਲ ਚਲਾਉਣ ਸਰਕਾਰੀ ਅਤੇ ਸਾਨੂੰ 9 ਰੁਪਈਏ ਬਿਜਲੀ ਦੇ ਰਹੇ ਆ ਅਤੇ ਸਾਡਾ ਅਸੀਂ ਕਿੱਥੇ ਬੱਚੇ ਪੜ੍ਹਾ ਲੈਣੇ ਆ ਇਸ ਕਰਕੇ ਅਸੀਂ ਸਰਕਾਰ ਕੋਲ ਮੰਗ ਕਰਦੇ ਹਾਂ ਕਿ ਸਾਨੂੰ ਰੈਗੂਲਰ ਕਰੋ ਔਰ ਮਹਿਕਮਾ ਇਹ ਫਾਇਦੇ ਵਾਲਾ ਵਾ ਇਹਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਜਾਏ ਅਤੇ ਸਰਕਾਰ ਨੇ ਅਸੀਂ ਡਾਇਰੈਕਟਰ ਸਾਹਿਬ ਨਾਲ ਵੀ ਸਾਡੀ ਮੀਟਿੰਗ ਹੋਈ ਆ ਸੈਕਟਰੀ ਸਾਹਿਬ ਨਾਲ ਹੋਈ ਆ ਟਰਾਂਸਪੋਰਟ ਮੰਤਰੀ ਨਾਲ ਵੀ ਹੋਈ ਆ ਉਹਦੇ ਵਿੱਚ ਅਸੀਂ ਕਿਹਾ ਵਾ ਕਿ 20 ਕਰੋੜ ਰੁਪਈਆ ਸਾਨੂੰ ਚਾਹੀਦਾ 1 ਮਹੀਨੇ ਦਾ ਜੇ ਮੈਂ ਇਹ ਇੱਦਾਂ ਚਲਾਉਣਾ ਫ੍ਰੀ ਸਰਵਿਸ 'ਤੇ ਸਾਨੂੰ ਅਜੇ ਇੱਕ ਅਜੇ ਤੱਕ
रोज़ का 1 लाख डीजल लगता 1 लाख लीटर साडा जिहड़ा खपत हो रहा वा और सरकार अपना बजट रखे जाते फिर इदां दे काम करने आ दे क्योंकि सरकारी महकमे जिन्ने भी है सारे तो फेल हो गए फेल किए इन्होंने क्योंकि फायदे वाले महकमे भी जिहड़े आ वह भी इन्होंने बंद करते आने वक्त तुम की समझते हो कि जी अज जो रैली कर रहे हो जे हूँ भी जो सरकार तेरे इन मुद्दों के उत्ते गंभीर नहीं होंगी तो फिर की संघर्ष की साड़ी एक ये अपील आ कि एक कमेटी बनाई ही इन्होंने वो तृप्त रजिंद्र सिंह बाजवा भी आ और इन्ना चिर हो गया इन्होंने कोई रिपोर्ट नहीं दिती अही इन्हों को अज इतने पूछ आए हैं थोड़े जे बंदे लिया आप सिर्फ करोना महामारी का करके कि अं इन्हों कह आए हाँ कि साड़ी कमेटी जो जरा फैसला दो साडे बंदे पक्के करो रेगूलर करो नहीं तो आने वाले समय के बसा में भंडी प्रचार भी होगा कल इन्होंने पाडे पिंड भी जाना वोटा लैन उत्थे ये ना इन्हों का ही विरोध करिए जे चाहत रखते आने वाली सरकार रहन देनी अं तो फिर लोगों के काम करने पैणगे मुलाजम ने कोई ऑफिस मुलाजम ने ये अपना पक्का होने की गल कर रहे हैं सरकार बड़े सहानुभूति चिंता चट जनी मंगा बारे विचार कर रहे हैं तो कोई ना कोई सरकार चंगा इदा हल करे वजी हल कर चली जा रही है पर आलमोस्ट हम छेती गल पहुँच चुकी है तो सी एम साहब लगे ने मेरे ख्याल छेती बहुत छेती गल सामने सख्त सुरक्षा प्रबंधा दे हेठ सचखंड श्री दरबार साहब विखे 6 जून नूं लै के समागम होया इस दौरान कुछ गर्म ख्यालियां वालों खालिस्तान जिंदाबाद दे नारे लगाए गए ते उन्हां दे हत्थां दे विच खालिस्तान साडा हक है दे बैनर फड़े हुए भी दिखाई दिते ਇਸ ਦੌਰਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੋਏ ਫੌਜੀ ਹਮਲੇ ਦੇ ਕੱਲੂ ਕਾਰਾ ਦਿਹਾੜੇ ਨੂੰ 6 ਜੂਨ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਇਆ ਜਾਂਦਾ ਹੈ ਇਸ ਮੌਕੇ ਵੱਖ-ਵੱਖ ਸਿੱਖ ਜਥ
समागम आयोजित किया गया जिस दौरान कई गर्म ख्यालियां हाथों च खालिस्तान जिंदाबाद ते खालिस्तान साडा हक है लिखे बैनर नजर आए। इस मौके ते अकाल तख्त साहिब दे जथेदार ने संगतां नूं संबोधन करते हुए कहा कि इस घल्लूघारे दिवस नूं सानूं कदे वी ऑपरेशन ब्लू स्टार की बरसी नहीं कहना चाहिए ते इस नूं सिर्फ घल्लूघारा दिवस कह के ही मनाना चाहिए। जनरल सुबेग सिंह जी साहिब अनेकां शहीद सिंघां सिंघणियां ने महान कुर्बानियां कीतियां, छोटे छोटे बच्चे इस्त्रियां तक नूं भारतीय फौज ने नहीं बख्शिया। जिस तरह 1962 दे विच भारत ने चीन ते हमला कीता, 1965 ते 71 दे विच पाकिस्तान ते हमला कीता, श्री अकाल तख्त साहब जो सिखां दी स्वतंत्र प्रभु सत्ता दा प्रतीक है, बिल्कुल पाकिस्तान ते चीन वांग ही इस महान तख्त श्री अकाल तख्त साहब दे उत्ते उस और उही व्यवहार कीता इत्थे जो व्यवहार जेतू फौजां जिहड़ियां है किसी मुल्क दियां वो दूसरे मुल्क दे विच जाके उन्हां दे बशिंदियां दे उत्ते भी शायद ना करन, लेकिन साडे नाल उस तों भी भैड़ा माड़ा मंदा सलूक जिहड़ा है भारतीय फौज ने इस घल्लूघारे दे दौरान इस अस्थान दे उत्ते कीता है। एक ऐसा नसूर है सिख कौम दे पिंडे दे उत्ते जड़ा सारा साल रिसदा रहिंदा है, मैले नाल भर जांदा है, पीड़ करदा है, दर्द करदा है, और अज दे दिन असी खालिस्तान जिंदाबाद कह के उस मैली नूं बाहर कढ़दे हां ताकि साडी पीड़ ठंडी होवे, साडा दर्द घट होवे। इनू भुलाया नहीं जा सकता, इनू मिटिया नहीं जा सकता, ये हमेशा तक याद रहूगा।
मैं कहना चाहते हैं आप जी कि असी इस नसूर का इलाज किस तरह करना है, यदि दवाई की है असी जानते हैं, लेकिन प्राप्त किवें होनी है ये असी कदे सिर जोड़ के बैठ के सोचन विचारन का जतन नहीं किया। अज जरूरत है कि असी अपने मतभेद भुला के, अज जरूरत है कि असी छोटे छोटे वितकरे भुला के श्री अकाल तख्त साहब जी की सरप्रस्ती दे विच इकट्ठी होकर बैठीए। ये जिहड़ियां साडियां संस्थावां ने, चाहे श्रोमणी गुरुद्वारा प्रबंधक कमेटी है, चाहे दिल्ली सिख गुरुद्वारा प्रबंधक कमेटी है, चाहे चीफ खालसा दीवान है, सचखंड श्री हजूर साहब बोर्ड है, पटना साहब बोर्ड है, या साडियां संप्रदावां ने, साडियां सिख जथेबंदियां ने, ये साडी ताकत है। और इस ताकत नूं कदे असीं कमजोर नहीं होण देना है। साडा सियासी विरोध वो अलग चीज है, होना चाहिए, लेकिन इन्हां संस्थावां नूं कमजोर नहीं किया जाना चाहिए सियासी विरोध की आड़ दे विच। साध संगत जी, सानूं बहुत सारियां ईमेल आईयां कि अज दे दिन नूं अमृतसर नसल कुशी ऐलाना जाए। यह जिहड़ा 84 का कल्लू घर है, यह सिर्फ अमृतसर साहब के स्थान के उते ही नहीं भारतीय फौज ने हमला किया, बल्कि 37 सिंह साहब जी ने भी दस्या 37 होर गुरधामों के उत्ते भी भारतीय फौज ने हमला किया, तो उत्थे भी शहादत हुई ने, सिंघां दीआं कुरबानियां हुई ने उत्थे सिंघां दीआं। नसल खुशी साड़ी हुई है 1 नवंबर तो 4 नवंबर तक लैके दिल्ली कानपुर टाटा नगर दीआं सड़कां दे उत्ते। इत्थे साडे जरवाणियां ने मुकाबला किया है, जिनी अकाल पुरख ने मेरी पीरी दे मालक श्री गुरु हरगोबिंद साहब सच्चे पातशाह ने समर्था बख्शी सी, उस समर्था के मुताबिक भारतीय फौज नू मूँह तोड़ जवाब दिता है। बिल्कुल उस तरह जिवें 1745 दे विच कानूवाल दे छंभ दे विच दिता सी, भावें 7000 सिंह बच्चे बच्चियां शहीद हो गए, कोपर हीड़े दे स्थान दे उत्ते मलेरकोटले दे विच वड्डे घल्लूघारे दौरान दिता सी, चाहे 35000 सिंह सिंघड़ियां शहीद हो गए, उवें 1984 दे विच वी साडे जरवाणियां ने भारतीय फौज नू गुरु साहिब वल्लों बख्शी समर्था दे मुताबक मूँह तोड़वां जवाब दिता है। इस करके कौम इनू 84 का घल्लूघर जिहड़ा है वह प्रवान कर चुकी है, सरकार इनू ब्लू स्टार कहती है, सरकार इनू साका नीला तारा कहती है, कही जाए। मैं मीडिया नूं भी कहना चाहना कि साका नीला तारा ब्लू स्टार ऑपरेशन ये शब्द जिहड़ा है वह वर्तन तो गुरेज किया जाए, क्योंकि इहदे नाल सानू दर्द हुंदा है। इनू 84 का घल्लूघर कहा जाए, यह घल्लूघर सी, घल्लूघर दा अर्थ हुंदा है सर्वनाश, ये साडा सर्वनाश करन दा यतन सी भारतीय फौज वल्लों जो इस अस्थान दे उत्ते कीता गया। असीं हर साल मनाउने आ, मनाउणा चाहीदा वी है, सिर जोड़ के बैठीए। अंत दे विच मैं इहो कहूंगा, मतभेद भुला के बैठीए, सियासी विरोध अपनी जगह है वह होना चाहीदा। एक गल मैं होर कहां, साडी खुशकिस्मती भी है, असीं मर गए, लुट्टे गए, निगले गए, ये शब्द बहुत वरतदे आ, पर असी ताकतवर हैं, साढ़े ते गुरु साहब की कृपा है। मस्जिद ढा के मंदिर बना दिता गया, कई मुल्क है मुसलमानों के, लेकिन आवाज नहीं उठी। धारा 370 खत्म कर दिती गई, लेकिन आवाज नहीं उठी। तो साड़ी ये खुशकिस्मती है, गुरु साहब की कृपा है। पिछले कुछ दिन पहला यूपी दे विच एक सिख की कुटमार हुई, अमरीका तक सिखा ने विरोध किया, आस्ट्रेलिया के सिखा ने विरोध किया, इंग्लैंड के सिखा ने विरोध किया, ये साडे जिउंदे होण दा सबूत है। अमृतसर तो मुकेश मेहरा की रिपोर्ट, टीवी एनआरआई। ये तो सन दिन दियां कुछ खास खबरां, इसे तरह दियां होर खबरां वास्ते बने रहो कैनेडियन मीडिया टीवी एनआरआई के नाल।